ਮੇਰੇ ਦੇਸ਼ ਦੇ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਤੇ ਭੈਣੋ ਅੱਜ ਆਪਾਂ ਜਿਹੜਾ ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਪੂਰੇ ਦੇਸ਼ ਤੇ ਦੁਨੀਆ ਪੱਧਰ ਦੇ ਵਿੱਚ ਇੱਕ ਇਤਿਹਾਸਕ ਅੰਦੋਲਨ ਬਣ ਚੁੱਕਾ ਹੈ ਉਸ ਦੇ 105ਵੇਂ ਦਿਨ ਦੇ ਵਿੱਚਾਂ ਜਦੋਂ ਤੋਂ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਾਂ ਇਸ ਅੰਦੋਲਨ ਦੇ ਵਿੱਚ ਅਤਰਾਇਆਂ ਚੜਾਈਆਂ ਆਉਣ ਦੇ ਬਾਵਜੂਦ ਵੀ ਸਰਕਾਰ ਦੀਆਂ ਨਾਕਾਮ ਕੋਸ਼ਿਸ਼ਾਂ ਤੇ ਉਸ ਦੇ ਭੈੜੇ ਇਰਾਦਿਆਂ ਨੂੰ maat ਪਾਉਂਦਾ ਹੋਇਆ ਅੰਦੋਲਨ ਲਗਾਤਾਰ ਅੱਗੇ ਵਧ ਰਿਹਾ ਹੈ بڑے بڑے ਸਰਕਾਰੀ ਹਥਕੰਡੇ ਜਿਨ੍ਹਾਂ ਦੇ ਵਿੱਚ ਸਰਕਾਰ ਦਾ ਪ੍ਰਚਾਰ ਉਸ ਦੀਆਂ ਸ਼ਾਜਸ਼ਾ ਤੇ ਉਸ ਦੀ ਦੂਸ਼ਣਬਾਜ਼ੀ ਤੇ ਇਸ ਤੋਂ ਬਾਅਦ ਸਰਕਾਰ ਦੇ ਗੁੰਡਿਆਂ ਦੁਆਰਾ ਕਿਸਾਨਾਂ ਦੇ ਤੇ ਹਰ ਪੱਧਰ ਦਾ ਜ਼ੁਲਮ ਜਿਹੜਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਇਆ ਹੈ ਉਸ ਦਾ ਮੁਕਾਬਲਾ ਕਰਦਾ ਹੋਇਆ ਤੁਸੀਂ ਬੜੇ ਸਿਰਦ ਸਦਕ ਤੇ ਸਬਰ ਦੇ ਨਾਲ ਇੱਕ ਪਿਛਲੇ 105 ਦਿਨਾਂ ਤੋਂ ਦਿੱਲੀ ਦੇ ਵਿੱਚ ਮੋਰਚੇ ਮੱਲੀ ਬੈਠੇ ਹੋ ਪਰ ਇਸੇ ਸਮੇਂ ਦੌਰਾਨ ਕੇਂਦਰ ਦੀ ਜਿਹੜੀ ਉਹ ਫਾਸ਼ੀਵਾਦੀ ਅਰੂੜੀਵਾਦੀ ਤੇ ਪਛਾਹ ਖਿੱਚੂ ਸਰਕਾਰ ਹੈ ਜਿਹੜੀ ਕਿ ਜਿਸ ਨੇ ਤਹਈਆ ਕੀਤਾ ਹੋਇਆ ਸਾਰੇ ਦੇਸ਼ ਨੂੰ ਕਾਰਪੋਰੇਟ ਦੇ ਹੱਥੀਂ ਦੇਸ਼ੀ ਤੇ ਵਿਦੇਸ਼ੀ ਉਹਨਾਂ ਗਿਰਜਾਂ ਦੇ ਕੋਲ ਗਹਿਣੇ ਪਾਉਣ ਦਾ ਉਹ ਲਗਾਤਾਰ ਆਪਣੇ ਮਨਸੂਬਿਆਂ ਤੋਂ ਬਾਹਰ ਨਹੀਂ ਆ ਰਹੀ ਜਿੱਥੇ ਉਹ ਅੰਦੋਲਨ ਦੇ ਵਿਰੁੱਧ ਝੂਠ ਬੋਲ ਰਹੀ ਹੈ ਤੇ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਤੇ ਲਗਾਤਾਰ ਪ੍ਰਧਾਨ ਮੰਤਰੀ ਹੈ ਜਿਹੜਾ ਜਿਵੇਂ ਕਿ ਪਿਛਲੇ ਦਿਨਾਂ ਚ ਬਹੁਤ ਵਾਰ ਉਹਨਾਂ ਨੇ ਇਹ ਝੂਠ ਬੋਲਿਆ ਐ ਐਮਐਸਪੀ ਦੇ ਬਾਰੇ ਕਾਨੂੰਨਾਂ ਦੇ ਬਾਰੇ ਤੇ ਉਸ ਦੇ ਜਿਹੜੇ ਪ੍ਰੈਕਟੀਕਲ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਨੇ ਉਸ ਦੇ ਉਸ ਦੀਆਂ ਗੱਲਾਂ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਵਾਰ-ਵਾਰ ਇਹ ਕਿਹਾ ਹੈ ਕਿ ਜਿਹੜੀ ਐਮਐਸਪੀ ਹੈ ਉਹ ਸੀ ਹੈ ਤੇ ਰਹੂਗੀ ਪਰ ਅਸੀਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਇਹ ਕਹਿ ਰਿਹਾ ਹੈ ਕਿ ਕਿਸਾਨ ਨੂੰ ਨਾ ਕਿਦੇ ਐਮਐਸਪੀ ਮਿਲੀ ਹੈ ਤੇ ਨਾ ਹੀ ਮਿਲ ਰਹੀ ਹੈ ਤੇ ਨਾ ਹੀ ਕੋਈ ਮਿਲਣ ਦੀ ਸੰਭਾਵਨਾ ਹੈ ਜਦੋਂ ਤੱਕ ਅਪਾ ਇਹ جنگ ਹੈ ਜਿਹੜੀ ਜਿੱਤ ਨਹੀਂ ਜਾਂਦੇ ਤੇ ਇਸ ਗੱਲ ਕਰਕੇ ਇਸ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਕਟੀਕਲ ਆਧਾਰਨ ਸਾਹਮਣੇ ਆਈ ਕਿ ਹੁਣ ਬਾਢੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਖਾਸ ਕਰਕੇ ਜਿਵੇਂ ਕਿ ਸਰੋਂ ਦੀ ਕਟਾਈ ਚੱਲ ਰਹੀ ਹੈ ਤੇ ਉਸ ਸਰੋਂ ਦਾ ਰੇਟ ਜਿਹੜਾ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ 7000 ਦੇ ਆਸੇ-ਪਾਸੇ ਸੀ 6500 ਤੋਂ ਲੈ ਕੇ 7000 ਤੱਕ ਤੇ ਅੱਜ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਮਧ ਪ੍ਰਦੇਸ਼ ਦੀਆਂ ਮੰਡੀਆਂ ਦੇ ਵਿੱਚ ਉਹ 5000 ਦੇ ਆਸੇ-ਪਾਸੇ ਜਿਹੜੀ ਸਰੋਂ ਵਿਕ ਰਹੀ ਹੈ ਕਿਸਾਨ ਤੋਂ ਲੁੱਟੀ ਜਾ ਰਹੀ ਹੈ ਇਹ ਇਹਨਾਂ ਦੀ ਐਮਐਸਪੀ ਦਾ ਰੂਪ ਹੈ ਅਸੀਂ ਪਹਿਲਾਂ ਵੀ ਲਗਾਤਾਰ ਇਹ ਕਹਿੰਦੇ ਰਹੇ ਹਾਂ ਕਿ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਕਿਸਾਨ ਮੰਗ ਰਿਹਾ ਹੈ ਘੱਟ ਤੋਂ ਘੱਟ ਸਮਰਥਨ ਮੁੱਲ ਉਹ ਕੇਵਲ ਤੇ ਕੇਵਲ ਸਿਰਫ 6% ਕਿਸਾਨਾਂ ਨੂੰ ਉਹ ਵੀ ਕਣਕ ਝੋਨਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਾਂ ਪੱਛਮੀ ਯੂਪੀ ਦੇ ਵਿੱਚ ਕੁਝ ਜਿਹੜੇ ਕਿਸਾਨ ਬੀਜਦੇ ਆ ਉਹਨਾਂ ਨੂੰ ਮਿਲ ਰਿਹਾ ਤੇ ਉਸ ਨੂੰ ਵੀ ਖਤਮ ਕਰਨ ਦੀ ਤਿਆਰੀ ਹੈ ਜਿਹੜੀ ਇਹਨਾਂ ਕਾਨੂੰਨਾਂ ਦੇ ਰਾਹੀਂ ਸਰਕਾਰ ਨੇ ਕੀਤੀ ਹੋਈ ਹੈ ਸਾਥਿਓ ਇਹਨਾਂ ਸਰਕਾਰਾਂ ਨੇ ਖਾਸ ਕਰਕੇ મોદી ਸਰਕਾਰ ਹੈ ਜਿਹੜੀ ਇਹਨੇ ਝੂਠ ਬੋਲਣ ਦਾ ਰਿਕਾਰਡ ਬਣਾਉਣ ਦੇ ਨਾਲ ਨਾਲ ਸਾਡੇ ਕਿਸਾਨਾਂ ਦੇ ਉੱਪਰ ਇਸ ਅੰਦੋਲਨਾਂ ਦੇ ਉੱਪਰ ਜਾਂ ਕਿਸਾਨ ਕਿਤੇ ਵੀ ਕੋਈ ਅੰਦੋਲਨ ਕਰ ਰਿਹਾ ਹੈ ਇਹਨਾਂ ਮੰਗਾਂ ਤੋਂ ਬਿਨਾਂ ਵੀ ਉਸ ਤੇ ਲਗਾਤਾਰ ਤਸ਼ੱਦਦ ਦਾ ਰਾਹ ਹੈ ਜਿਹੜਾ ਅਪਣਾਇਆ ਹੋਇਆ ਹੈ ਗੈਰ ਮਨੁੱਖੀ ਗੈਰ ਹਿਊਮਨ ਹਾਲਤਾਂ ਦੇ ਵਿੱਚ ਦਿੱਲੀ ਦੇ ਵਿੱਚ ਮੋਰਚਿਆਂ ਦੇ ਬੈਠਾ ਹੋਇਆ ਕਿਸਾਨ ਜਿਹੜਾ ਕਿ ਬਿਲਕੁਲ ਮਤਲਬ ਕਿ ਮਨੁੱਖੀ ਅਧਿਕਾਰਾਂ ਦਾ ਸਿੱਧਾ ਕਹਾਣ ਕੀਤਾ ਜਾ ਰਿਹਾ ਹੈ ਕਿ ਇੰਨੀ ਗੰਦਗੀ ਦੇ ਵਿੱਚ ਉਹ ਅੰਦੋਲਨ ਕਰ ਰਿਹਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਕਿਸੇ ਸਫਾਈ ਦੀ ਜਾਂ ਕਿਸੇ ਬਿਮਾਰੀ ਫੈਲਣ ਦਾ ਉਸ ਨੂੰ ਕੋਈ ਡਰ ਨਹੀਂਗਾ ਤੇ ਉਹ ਲਗਾਤਾਰ ਡਰਾਮੇ ਕਰੋਨਾ ਦੇ ਜ਼ਰੂਰ ਕਰ ਰਹੀ ਹੈ ਕਿ ਮੂੰਹ ਨੂੰ ਢੱਕ ਕੇ ਰੱਖਿਆ ਜਾਵੇ ਕੀਤਾ ਜਾਵੇ ਕੀਤਾ ਜਾਵੇ ਪਰ ਸਾਰੇ ਮੋਰਚਿਆਂ ਦੇ ਵਿੱਚ ਕੋਈ ਸਫਾਈ ਵਗੈਰਾ ਨਾ ਕਰਾ ਕੇ ਪਾਣੀ ਦਾ ਪ੍ਰਬੰਧ ਨਾ ਕਰਵਾ ਕੇ ਮੈਡੀਕਲ ਵਿਵਸਥਾ ਦਾ ਪ੍ਰਬੰਧ ਨਾ ਕਰਵਾ ਕੇ ਉਹ ਵੱਡੀ ਪੱਧਰ ਤੇ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਹਾਣ ਹੈ ਉਹ ਕਰ ਰਹੀ ਹੈ ਤੇ ਹੁਣ ਅੱਜ ਦੇ ਦਿਨ ਯੂਪੀ ਦੇ ਵਿੱਚ ਕਿਸਾਨਾਂ ਦੀ ਕੋਈ ਕੋਆਪਰੇਟਿਵ ਚੋਣ ਸੀ ਜਿੱਥੇ ਉਸ ਬੀਜੇਪੀ ਦੇ ਗੁੰਡਿਆਂ ਨੇ ਕਿਸਾਨਾਂ ਦੇ ਉੱਪਰ ਗੋਲੀ ਚਲਾਈ ਵੱਡੇ ਪੱਧਰ ਤੇ ਜਿਹੜੀ ਕਿ ਬਹੁਤ ਹੀ ਨਿੰਦਨ ਤੇ ਸ਼ਰਮਨਾਕ ਇੱਕ ਘਟਨਾ ਹੈ ਤੇ ਇਹ ਇਕੱਲਾ ਯੂਪੀ ਹੀ ਨਹੀਂ ਯੂਪੀ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਜਿਹੜੀਆਂ ਮਤਲਬ ਕਿ ਸਟੇਟ ਦੀ ਸਰਕਾਰ ਹੈ ਜਿਹੜੀ ਉਹ ਵੀ ਜੋਗੀ ਦਿੱਤਿਆਨਾਸ਼ ਦੀ ਹੈ ਤੇ ਉੱਪਰ ਨਰਿੰਦਰ ਮੋਦੀ ਬੈਠਾ ਹੈ ਉਸ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਉੱਪਰ ਬਹੁਤ ਥਾਵਾਂ ਤੇ ਲਾਠੀ ਚਾਰਜ ਕੀਤੇ ਆ ਗੋਲੀਆਂ ਚਲਾਈਆਂ ਤੇ ਉਹ ਅੰਦੋਲਨ ਨੂੰ ਮਤਲਬ ਕਿ ਲਗਾਤਾਰ ਦਬਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਪਰ ਬੜੀ ਖੁਸ਼ੀ ਦੀ ਗੱਲ ਹੈ ਸਾਥੀਓ ਵੀ ਅੱਜ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਬੈਠਾ ਕਿਸਾਨ ਮਜ਼ਦੂਰ ਵਪਾਰੀ ਤੇ ਦੂਜਾ ਸਾਰਾ ਜਿਹੜਾ ਭਾਈਚਾਰਾ ਉਹ ਇਸ ਅੰਦੋਲਨ ਦੀ ਸਾਰਤਕਤਾ ਨੂੰ ਸਮਝ ਰਿਹਾ ਹੈ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵੱਡੇ ਪੱਧਰ ਤੇ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਉਹ ਸਰਕਾਰ ਦੀਆਂ ਜਿਹੜੀਆਂ ਦਮਨਕਾਰੀ ਨੀਤੀਆਂ ਹੈ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਤੇ ਸਾਡੇ ਦੇਸ਼ ਦੇ ਵਿੱਚ ਵੱਡੀਆਂ-ਵੱਡੀਆਂ ਮਹਾਪੰਚਾਇਤਾਂ ਇਹਨਾਂ ਨੂੰ ਸ਼ਾਇਦ ਇਹ ਸੀ ਕਿ ਪੰਜਾਬ ਤੇ ਹਰਿਆਣੇ ਦਾ ਅੰਦੋਲਨ ਕਹਿ ਕੇ ਪਹਿਲਾਂ ਇਹ ਭੰਡਦੇ ਰਹੇ ਜਾਂ ਇਹ ਕਹਿੰਦੇ ਰਹੇ ਕਿ ਇਹ ਐਮਐਸਪੀ ਦੀ ਲੜਾਈ ਹੈ ਇਕੱਲੇ ਪੰਜਾਬ ਹਰਿਆਣੇ ਦੀ ਖਤਮ ਹੋ ਰਹੀ ਹੈ ਤਾਂ ਬਸ ਅੰਦੋਲਨ ਇੱਥੇ ਸੀਮਿਤ ਕਰ ਦੇਾਂਗੇ ਪਰ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਾ ਦੇਸ਼ ਉੱਠ ਖੜਾ ਹੋਇਆ ਹੈ ਦੇ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਮਹਾ ਪੰਚਾਇਤਾਂ ਦਾ ਦੌਰ ਹੈ ਉਹ ਪੰਜਾਬ ਤੋਂ ਲੈ ਕੇ ਹਰਿਆਣਾ ਰਾਜਸਥਾਨ ਯੂਪੀ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੀਆਂ ਨੇ ਮੋਰਚੇ ਦੇ ਵੱਡੇ ਵੱਡੇ ਨੇਤਾ ਲਗਾਤਾਰ ਜਾ ਰਹੇ ਨੇ ਤੇ ਇਸ ਦੇ ਨਾਲ ਨਾਲ ਜਿਹੜੇ ਸਾਡੇ ਕਲਚਰਲ ਪ੍ਰੋਗਰਾਮ ਦੇਣ ਵਾਲੇ ਕੋਈ ਕਲਾਕਾਰ ਨੇ ਉਹ ਵੀ ਇਸ ਦਾ ਸਾਥ ਦੇ ਰਹੇ ਲੋਕਾਂ ਨੂੰ ਮਤਲਬ ਕਿ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਇਕੱਠੇ ਕਰਨ ਦੇ ਲਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ 13 ਮਾਰਚ ਨੂੰ ਇੱਕ ਬਹੁਤ ਵੱਡੀ ਮਹਾਪੰਚਾਇਤ ਹੈ ਜਿਹੜੀ ਉਹ ਹਰਮਾਨਗੜ੍ਹ ਦੇ ਵਿੱਚ ਨਵੀਂ ਦਾਣਾ ਮੰਡੀ ਦੇ ਵਿੱਚ ਹੋਣ ਜਾ ਰਹੀ ਹੈ। ਉੱਥੇ ਵੀ ਵੱਡੇ ਪੱਧਰ ਤੇ ਜਿਹੜੇ ਇਹ ਸਾਡੇ ਸਾਥੀ ਕਲਾਕਾਰ ਐ ਤੇ ਕਿਸਾਨ ਮੋਰਚੇ ਦੇ ਆਗੂ ਐ ਉਹ ਪਹੁੰਚ ਰਹੇ ਐ ਤੇ ਤੁਸੀਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਜਿਵੇਂ ਕਿ ਹਰਮਾਨਗੜ੍ਹ ਚ ਇਹ ਪੰਚਾਇਤ ਹੋ ਰਹੀ ਐ ਇਸ ਤਰ੍ਹਾਂ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਵੱਖ-ਵੱਖ ਪੰਚਾਇਤਾਂ ਹੋ ਰਹੀਆਂ ਨੇ। ਇਹਨਾਂ ਪੰਚਾਇਤਾਂ ਦੇ ਵਿੱਚ ਆਪਾਂ ਸ਼ਾਮਲ ਹੋ ਜਾਈਏ। ਸ਼ਾਮਲ ਹੋ ਕੇ ਜਿਹੜੇ ਵੀ ਆਗੂ ਸਾਨੂੰ ਇਹਨਾਂ ਗੱਲਾਂ ਬਾਰੇ ਦੱਸਦੇ ਨੇ ਕਾਨੂੰਨਾਂ ਦੀ ਭਿਆਨਕਤਾ ਬਾਰੇ ਦੱਸਦੇ ਨੇ ਜਾਂ ਸਰਕਾਰ ਦੇ ਬੁਰੇ ਇਰਾਦਿਆਂ ਬਾਰੇ ਦੱਸਦੇ ਨੇ ਉਸ ਤੋਂ ਅਸੀਂ ਇੱਕ ਸੇਧ ਲੈ ਕੇ ਉਸ ਤੋਂ ਜਾਣੂ ਹੋ ਕੇ ਤੇ ਪਿੰਡਾਂ ਦੇ ਵਿੱਚ ਦੂਰ ਦਰਾਡੇ ਜਾਈਏ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਸਾਰੇ ਜਿਹੜੇ ਕਿਸਾਨ ਮਜ਼ਦੂਰ ਮਲਾਜ਼ਮ ਸਾਡੇ ਵਪਾਰੀ ਭਾਈਚਾਰਾ ਡਾਕਟਰ ਵਕੀਲ ਸਾਰੇ ਤੱਕ ਪਹੁੰਚ ਕਰ ਗਏ ਜਿਹੜੇ ਹਜੇ ਸਾਥੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਜਾਂ ਜਿਹੜੇ ਹਲੇ ਕੰਮ ਦੀ ਰੁੱਤ ਦੇ ਕਾਰਨ ਘਰਾਂ ਦੇ ਵਿੱਚ ਫਸੇ ਹੋਏ ਨੇ ਅਸੀਂ ਉਹਨਾਂ ਦੇ ਕੰਮ ਦੇ ਵਿੱਚ ਹੱਥ ਵਟਾਜੇ ਤੇ ਕੰਮ ਤੋਂ ਵਿਹਲੇ ਹੋ ਕੇ ਵਾਰੀ ਸਰ ਸਮਾਇਚੋ ਸਮਾ ਕੱਢਦੇ ਹੋਏ ਆਪਾਂ ਚਾਹੇ ਉਹ ਇੱਥੇ ਸਿੰਘੂ ਦੇ ਉੱਪਰ ਮੋਰਚਾ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਜੋ ਉਹ ਹੋਵੇ ਜਾਂ ਟਿਕਰੀ ਬਾਰਡਰ ਤੇ ਹੋਵੇ ਸ਼ਾਹਜਾਹਪੁਰ ਤੇ ਹੋਵੇ ਜਾਂ ਗਾਜੀਪੁਰ ਤੇ ਹੋਵੇ ਸਾਰੇ ਮੋਰਚਾ ਨੂੰ ਵੱਡੀ ਪੱਧਰ ਤੇ ਅਸੀਂ ਮਜ਼ਬੂਤ ਕਰਗੇ ਜਿੰਨਾ ਜਲਦੀ ਅਸੀਂ ਇਹਨਾਂ ਮੋਰਚਾ ਨੂੰ ਮਜ਼ਬੂਤ ਕਰਾਂਗੇ ਉੰਨੀ ਹੀ ਜਲਦੀ ਕੇਂਦਰ ਦੀ ਇਹ ਗੋਂਗੀ ਤੇ ਬੋਲੀ ਜਿਹੜੀ ਸਰਕਾਰ ਹੈ ਜਿਹੜੀ ਅੱਖਾਂ ਮੀਚ ਕੇ ਸਾਡੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਰਹੀ ਹੈ ਲਗਾਤਾਰ ਉਹ ਝੂਠ ਬੋਲ ਕੇ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਦਾ ਯਤਨ ਕਰ ਰਹੀ ਹੈ ਤੇ ਜਿਹੜੇ ਇਹ ਕਾਨੂੰਨ ਨੇ ਜਿਨ੍ਹਾਂ ਦੀ ਭਿਆਨਕਤਾ ਨੂੰ ਸਾਰਾ ਸਮਾਜ ਸਮਝ ਰਿਹਾ ਹੈ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਕਿਵੇਂ ਜਿਹੜਾ ਸਾਡਾ ਬਾਜ਼ਾਰ ਹੈ ਉਹ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਆ ਜਾਣਾ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਆ ਜਾਣਾ ਹੈ ਕਾਰਪੋਰੇਟ ਘਰਾਣੇ ਇਕੱਲੇ ਆਪਣੇ ਦੇਸ਼ ਦੇ ਨਹੀਂ ਹੋਣਗੇ ਉਹ ਸਾਰੀ ਦੁਨੀਆ ਦੇ ਕਾਰਪੋਰੇਟ ਘਰਾਣੇ ਦੇਸੀ ਤੋਂ ਬਾਅਦ ਵਿਦੇਸ਼ੀ ਘਰਾਣੇ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਚਾਹੁੰਦੇ ਆ ਕਿ ਉਹ ਥੋੜਾ ਪੂਰਾ ਬਾਜ਼ਾਰ ਕੰਟਰੋਲ ਕਰ ਲੈਣ ਤੇ ਆਮ ਆਦਮੀ ਨੂੰ ਮਤਲਬ ਕਿ ਉਸ ਦੀ ਸੰਗੀ ਘੁੱਟ ਕੇ ਉਸ ਦੀ ਰੋਜ਼ ਦੀ ਮਰਹ ਦੀ ਜਿਹੜੀ ਕਮਾਈ ਹੈ ਉਸ ਦੀ ਲੁੱਟ ਕਰਕੇ ਵੱਡੀ ਪੱਧਰ ਤੇ ਉਹ ਆਪਣੇ ਜਿਹੜੇ ਬੋਝੇ ਆ ਉਹ ਭਰ ਸਕਣ ਤੇ ਇਸ ਕਾਨੂੰਨਾ ਨੂੰ ਲਿਆਉਣ ਦੇ ਵਿੱਚ ਜਿੱਥੇ મોદી ਸਰਕਾਰ ਦੀ ਸਰਕਾਰ ਦੇ ਨਾਲ ਦੇਸ਼ ਦਾ ਕਾਰਪੋਰੇਟ ਘਰਾਣਾ ਅੰਡਾਨੀ ਵਾਨੀ ਸਾਡੀਆਂ ਇਹਨਾਂ ਜ਼ਮੀਨਾਂ ਤੇ ਸਾਡੇ ਇਸ ਪਬਲਿਕ ਢਾਂਚੇ ਤੇ ਅਖਰ ਰੱਖੀ ਬੈਠਾ ਹੈ ਉਸੇ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜੀਆਂ ਕੰਪਨੀਆਂ ਨੇ ਅਮਰੀਕਾ ਤੇ ਹੋਰ ਸਰਕਾਰਾਂ ਨੇ ਜਿੰਨੀਆਂ ਪੂੰਜੀਵਾਦੀ ਸਰਕਾਰਾਂ ਨੇ ਉਹਨਾਂ ਦਾ ਯਤਨ ਹੈ ਵੀ ਇਸ ਇਹ ਕਾਨੂੰਨ ਇਹ ਇਹ ਬਣਾਏ ਜਾਣ ਤੇ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੋਂ ਵਾਂਝੇ ਕੀਤਾ ਜਾਵੇ ਉਹਨਾਂ ਦੇ ਰੋਜ਼ਮਰਾਂ ਦੇ ਜਿਹੜੇ ਧੰਦੇ ਐ ਚਾਹ ਡੇਰੀ ਐ ਪੁਲਟਰੀ ਐ ਉਹਨਾਂ ਤੋਂ ਬਾਹਰ ਕੀਤਾ ਜਾਵੇ ਤੇ ਸਾਰਾ ਧੰਦੇ ਦੇ ਉੱਪਰ ਉਹ ਕਬਜ਼ਾ ਕਰਕੇ ਸਾਨੂੰ ਬਾਜ਼ਾਰ ਦੇ ਉੱਪਰ ਡਿਪੈਂਡ ਕਰਨ ਤੇ ਬਾਜ਼ਾਰ ਦੇ ਵਿੱਚ ਸਾਡੀ ਸ਼ਰੇਆਮ ਲੁੱਟ ਕਰਨ ਆਮ ਲੋਕਾਂ ਤੋਂ ਉਹਨਾਂ ਦੇ ਧੰਦੇ ਖੋਹ ਕੇ ਉਹਨਾਂ ਨੂੰ ਮਜ਼ਦੂਰ ਬਣਾਉਣ ਤੇ ਮਜ਼ਦੂਰ ਬਣਾ ਕੇ ਮਜਦੂਰਾਂ ਦੇ ਹੱਕ ਦੇ ਵਿੱਚ ਜਿਹੜੇ ਕਾਨੂੰਨ ਬਣੇ ਸੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਮਜਦੂਰਾਂ ਨੇ ਲੜਾਈਆਂ ਲੜ ਲੜ ਕੇ ਬਣਾਏ ਸੀ ਉਹਨਾਂ ਨੂੰ ਕੇਂਦਰ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਵੱਡੀ ਪੱਧਰ ਤੇ ਖਤਮ ਕੀਤਾ ਤੇ ਇਸ ਤਰ੍ਹਾਂ ਉਹਨਾਂ ਕਾਨੂੰਨਾਂ ਨੂੰ ਖਤਮ ਕਰਨ ਦੇ ਨਾਲ ਜਿਹੜੇ ਜਿਹੜਾ ਮਜਦੂਰ ਕਦੇ ਮਤਲਬ ਕਿ ਕੋਲਾ ਖਾਨਾ ਦੇ ਵਿੱਚ 20-20 ਘੰਟੇ 18-18 ਘੰਟੇ ਜਿੰਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਤੇ ਉਹਨਾਂ ਨੇ ਲਗਾਤਾਰ ਲੜਾਈਆਂ ਲੜ ਕੇ ਆਪਣੀ 8 ਘੰਟੇ ਦੀ ਜਿਹੜੀ ਦਿਹਾੜੀ ਹੈ ਉਸ ਨੂੰ ਨਿਜਿਤ ਕਰਵਾਇਆ ਉਸ ਦੀਆਂ ਸੁੱਖ ਸਹੂਲਤਾਂ ਉਸ ਦੀ ਉਸ ਦੇ ਫੰਡਸ ਵਗੈਰਾ ਜੋ ਮਨ ਲੋ ਵੀ ਮਜ਼ਦੂਰਾਂ ਦੇ ਨਾਲ ਜੁੜੇ ਹੋਏ ਸਾਰੇ ਮੁੱਦੇ ਨੇ ਉਹਨਾਂ ਨੂੰ ਕੇਂਦਰ ਨੇ ਕੇਂਦਰ ਦੀ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਬਣਾ ਕੇ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀ ਸੀ ਉਹਨਾਂ ਦੇ ਵਿੱਚ ਕੰਮ ਦਾ ਅਧਿਕਾਰ ਸੀ ਉਹਨਾਂ ਦੇ ਸਾਰੇ ਉਹ ਉਹਨਾਂ ਦੀਆਂ ਮਤਲਬ ਕਿ ਜੋ ਵੀ ਜ਼ਿੰਮੇਵਾਰੀਆਂ ਸੀ ਡਿਊਟੀਆਂ ਸੀ ਉਹਨਾਂ ਨੂੰ ਖਤਮ ਕੀਤਾ ਤੇ ਲਗਾਤਾਰ ਉਹਨਾਂ ਦੇ ਕਾਨੂੰਨਾਂ ਦੇ ਉੱਪਰ ਕਹਾੜਾ ਚਲਾ ਕੇ ਤੇ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆ ਤੇ ਇਸ ਤਰ੍ਹਾਂ ਸਾਰੇ ਸਮਾਜ ਨੂੰ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਉਹ ਇਸ ਰਾਹ ਤੇ ਤੁਰੀ ਹੋਈ ਹੈ ਕਿ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਢਾਂਚੇ ਦੇ ਉਪਰਕਾਰਪੋਰੇਟ ਦਾ ਕਬਜ਼ਾ ਹੋਵੇ ਬਾਜ਼ਾਰ ਤੇ ਵੀ ਕਬਜ਼ਾ ਹੋਵੇ ਫੈਕਟਰੀਆਂ ਉਦਯੋਗ ਖੇਤੀਬਾੜੀ ਤੇ ਉਸ ਦੇ ਵਿੱਚ ਆਮ ਲੋਕਾਂ ਤੋਂ ਬੰਧੂਆ ਮਜ਼ਦੂਰ ਬਣਾ ਕੇ ਉਸੇ ਤਰ੍ਹਾਂ ਹੀ 18 18 15 15 ਘੰਟੇ ਕੰਮ ਕਰਵਾਇਆ ਜਾਵੇ ਤੇ ਉਹਨਾਂ ਨੂੰ ਜਿੱਥੇ ਸਰੀਰਕ ਤੌਰ ਤੇ ਨਿਚੋੜਿਆ ਜਾਵੇ ਉੱਥੇ ਉਹਨਾਂ ਦੀ ਜੇਬ ਦੇ ਵਿੱਚ ਪੈਸਾ ਨਾ ਛੱਡਿਆ ਜਾਵੇ ਤੇ ਸਾਰੀ ਲੁੱਟ ਕਰਕੇ ਇਹ ਇਹ ਜਿਹੜਾ ਘਰਾਣੇ ਆ ਉਹ ਵਧਨ ਖੁੱਲਣ ਤੇ ਇਹ ਲੋਕ ਆ ਜਿਹੜੇ ਇਹਨਾਂ ਦੀ ਰਾਜਗੱਦੀ ਹੈ ਜਿਹੜੀ ਮੋਦੀ ਤੇ ਉਹਦੇ ਪਿੱਛੇ ਕੰਮ ਉਹਦੀ ਮਾਨਸਿਕਤਾ ਪਿੱਛੇ ਕੰਮ ਕਰ ਰਹੀ ਆ ਆਰਐਸਐਸ ਦੀ ਵਿਚਾਰਧਾਰਾ ਉਹ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਤੋਂ ਉਹਨਾਂ ਦਾ ਧਿਆਨ ਪਾਸੇ ਹਟਾ ਕੇ ਸਾਨੂੰ ਅਜੇ ਹੀ ਰਾਹ ਤੇ ਤੋੜਨ ਵੱਲ ਸਾਨੂੰ ਗੁਲਾਮ ਬਣਾਉਣ ਵੱਲ ਸਾਡੇ ਸਿਸਟਮ ਦੇ ਅੰਦਰ ਸਾਨੂੰ ਗੁਲਾਮ ਬਣਾਉਣ ਦੇ ਵੱਲ ਤੁਰ ਹੀ ਹੋਈ ਹੈ ਤੇ ਸਾਥੀਓ ਜਿੱਥੇ ਤੁਸੀਂ ਅੱਜ 105 ਦਿਨ ਹੋ ਗਏ ਨੇ ਅ ਇਹ ਸਚਿੰਗਰ ਅਰਸ਼ ਦੇ ਵਿੱਚ ਲਗਾਤਾਰ ਸਾਹ ਦਿੰਦਿਆਂ ਤੇ ਇਹ ਆਪਾਂ ਲਗਾਤਾਰ ਇਸੇ ਤਰ੍ਹਾਂ ਸਾਥ ਦੇਣਾ ਹੈ ਤੇ ਸਬਰ ਸਿੱਦਕ ਤੇ ਦੇ ਨਾਲ ਬੈਠ ਕੇ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਬੈਠ ਕੇ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਗੋਡਿਆਂ ਭਾਰ ਆਪਾਂ ਕਰਨਾ ਹੈ ਅੱਜ ਸੰਯੁਕਤ ਮੋਰਚੇ ਦੀ ਹੁਣ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਪ੍ਰੋਗਰਾਮ ਜਿਵੇਂ ਸ਼ਹੀਦ ਭਗਤ ਸਿੰਘ ਦਾ 23 ਮਾਰਚ ਦਾ ਸ਼ਹੀਦੀ ਦਿਨ ਆ ਰਿਹਾ ਹੈ ਉਸ ਦੇ ਦਿਨ ਅਸੀਂ ਬਹੁਤ ਵੱਡਾ ਪ੍ਰੋਗਰਾਮ ਦੇਣ ਜਾ ਰਹੇ ਹਾਂ ਤੇ ਇਹਨਾਂ ਪ੍ਰੋਗਰਾਮਾਂ 'ਚ ਸ਼ਾਮਲ ਹੋ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਬਣਾਓ ਮੋਰਚਾ ਨੂੰ ਮਜ਼ਬੂਤ ਕਰੋ ਤਾਂ ਕਿ ਆਪਣੇ ਹੱਕ ਸੱਚ ਦੀ ਜਿਹੜੀ ਲੜਾਈ ਦੀ ਆਪਾਂ ਲਹਿਰ ਵਿੱਢੀ ਹੋਈ ਹੈ ਜਿਹੜਾ ਇਤਿਹਾਸਕ ਅੰਦੋਲਨ ਤੁਸੀਂ ਲੜ ਰਹੇ ਹੋ ਪਿਛਲੇ 8-9 ਮਹੀਨਿਆਂ ਤੋਂ ਲੱਗੇ ਹੋਏ ਹੋ ਦਿੱਲੀ ਦੇ ਵਿੱਚ 105 ਦਿਨ ਹੋ ਗਏ ਤੇ ਉਸ ਨੂੰ ਆਪਾਂ ਨਿਰੰਤਰ ਵਧਾਜੇ ਤੇ ਦੁਨੀਆ ਦੇ ਅੰਦਰ ਇੱਕ ਮਿਸਾਲ ਬਣ ਕੇ ਆਪਣੀਆਂ ਮੰਗਾਂ ਮੰਵਾ ਕੇ ਆਪਣੇ ਹੱਕਾਂ ਲਈ ਲੜ ਕੇ ਆਪਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜਾ ਕਿ ਅੰਦੋਲਨ ਪਹਿਲਾਂ ਹੀ ਇਹ ਇੱਕ ਇੱਕ ਤਰੀਕੇ ਦੇ ਨਾਲ ਬੜੀ ਵੱਡੀ ਇਤਿਹਾਸਕ ਪ੍ਰਾਪਤੀ ਕਰ ਚੁੱਕਿਆ ਵੀ ਕੋਈ ਵੀ ਅੰਦੋਲਨ ਇੰਨਾ ਲੰਬਾ ਸਮਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਦੇ ਦੁਨੀਆ ਦੇ ਵਿੱਚ ਨਹੀਂ ਚੱਲਿਆ ਤੇ ਤੁਸੀਂ ਵਧਾਈ ਦੇ ਪਾਤਰ ਵੀ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਸਿਰ ਜੋੜ ਕੇ ਸਾਡੇ ਦੇਸ਼ ਦਾ ਕਿਸਾਨ, ਮਜ਼ਦੂਰ, ਨੌਜਵਾਨ, ਪੜ੍ਹੇ ਲਿਖੇ ਅਨਪੜ੍ਹ ਸਾਰੇ ਵਪਾਰੀ, ਡਾਕਟਰ ਜਿੰਨੇ ਵੀ ਸਾਥੀ ਸਮਾਜ ਦੇ ਵਿੱਚ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਆਪਾਂ ਰਲ ਮਿਲ ਕੇ ਇਸ ਜਿਹੜੀ ਆਜ਼ਾਦੀ ਦੀ ਸਾਡੀ ਦੂਜੀ جنگ ਹੈ ਜਿਹੜੀ ਸਾਨੂੰ ਸਿਸਟਮ ਦੇ ਅੰਦਰ ਗੁਲਾਮ ਬਣਾਉਣ ਦੀ ਸਿਸਟਮ ਦੇ ਅੰਦਰ ਗੁਲਾਮ ਬਣਾਉਣ ਦੀ ਜਿਹੜੀ ਇਹ ਉਹਨਾਂ ਦੀ ਲੜਾਈ ਹੈ ਉਹਨਾਂ ਦਾ ਮਤਲਬ ਕਿ ਕਬਜ਼ਾ ਕਰਨ ਦਾ ਯਤਨ ਹੈ ਸਾਡੇ ਸਿਸਟਮ ਨੂੰ ਤੇ ਉਸ ਨੂੰ ਆਪਾਂ ਭਾਜਦੇ ਜੇ ਤੇ ਇਸ ਲੜਾਈ ਨੂੰ ਜਿੱਤ ਗਏ ਇਹਨਾਂ ਬੇਨਤੀਆਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ